ਅਸਲਾਮ ਅਲੈਕੁਮ, ਕੀ ਹਾਲ ਹੈ ਦੋਸਤੋ? ਤੁਹਾਡੇ ਵਾਸਤੇ ਇੱਕ ਸਪੈਸ਼ਲ ਵਲੌਗ ਲੈ ਕੇ ਆਇਆ, ਜਿਹਦੇ ਵਿੱਚ ਜੀ ਇੱਕ 10 ਸਾਲਾਂ ਦਾ ਮੁੰਡਾ ਹੈ ਅਤੇ ਉਹਦੇ ਨਾਲ ਇੱਕ 12 ਸਾਲਾਂ ਦਾ ਦੋ ਬਾਈ ਨੇ, ਅਤੇ ਥੋੜ੍ਹੀ ਜਿਹੀ ਉਮਰ ਦੇ ਵਿੱਚ ਉਹ ਜੀ 4 ਕਿੱਲੇ ਜ਼ਮੀਨ ਅਤੇ 15 ਡੰਗਰ ਹੈ ਜਿਹਨਾਂ ਦਾ ਉਹ ਇਕੱਲਿਆਂ ਕਰਦੇ ਨੇ। ਉਹਨਾਂ ਦੇ ਵਾਲਦ ਸਾਹਿਬ ਅਤੇ ਵਾਲਦਾ ਜਿਹਨਾਂ ਦੇ ਜੀ ਲੱਤਾਂ ਦੋਨਾਂ ਦੀ ਕਰੈਕ ਨੇ ਐਕਸੀਡੈਂਟ ਦੀ ਵਜ੍ਹਾ ਤੋਂ, ਅਤੇ ਹੁਣ ਜੀ ਉਹ ਮੰਜੀ 'ਤੇ ਪੈਣ, ਉਹ ਜੀ ਕੰਮ ਨਹੀਂ ਕਰ ਸਕਦੇ, ਅਤੇ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਣ ਦੇ ਹਾਂ। ਆ ਜਾਓ, ਆ ਜੀ ਵੇਖੋ, ਇਹਦੀ ਜੀ ਉਮਰ ਹੁਣ 12 ਸਾਲ ਹੈ, 10 ਸਾਲਾਂ ਤੋਂ ਜੀ ਇਹ ਕੰਮ ਕਰਨ ਲੱਗਾ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ, ਕਿੰਨੀ ਕੁ ਉਮਰ ਤੋਂ ਇਹ ਕੰਮ ਕਰਨ ਲੱਗੇ ਹੋਏ? ਲੱਗਾ 10 ਸਾਲਾਂ। ਅੱਛਾ, ਹੁਣ ਤੁਹਾਡੀ ਉਮਰ ਕਿੰਨੀ? 12 ਸਾਲ ਹੈ ਜੀ। ਹਾਂਜੀ। ਅੱਛਾ, ਅਤੇ ਅੰਮੀ ਅੱਬੂ ਨੂੰ ਹੋਇਆ ਕੀ ਸੀ? ਅੰਮੀ ਦਾ ਐਕਸੀਡੈਂਟ ਹੋਇਆ ਸੀਗਾ, ਅਤੇ ਅੱਬੂ ਜਿਹੜਾ ਵਿੱਚ ਮਸ਼ੀਨ ਵਾਹਣ ਵਾਲੀ ਨਹੀਂ, ਮੱਕੀ ਵਾਲੀ, ਮੱਕੀ ਵਾਲੀ, ਉਹਦੇ ਵਿੱਚ ਅੱਬੂ ਦੀ ਲੱਤ। ਅੱਛਾ, ਦੋਨੇ ਮਸਲਾ ਨੇ, ਉਹਨਾਂ ਦੋਨਾਂ ਦੀਆਂ ਲੱਤਾਂ ਕਰੈਕ ਨੇ। ਹਾਂਜੀ। ਮਾਸ਼ਾ ਅੱਲਾਹ, ਥੋੜ੍ਹੀ ਜਿਹੀ ਉਮਰ ਦੇ ਵਿੱਚ ਇਤਨਾ ਤੁਸੀਂ ਮਾਸ਼ਾ ਅੱਲਾਹ ਕੰਮ ਸੰਭਾਲ ਰਹੇ ਹੋ। ਹਾਂਜੀ। ਹਾਂ ਜੀ, ਕੀ ਕਰਦਾ ਪਿਆ? ਡੰਗਰਾਂ ਨੂੰ ਕੱਟਣੀ ਹੈ, ਇਹਦੀ ਵਜ੍ਹਾ ਤੋਂ ਇਹ ਲੈ ਕੇ ਜਾਂਦੇ ਪਿਆ। ਬਾਰਿਸ਼ ਬੜੀ ਆਈ ਹੋਈ ਹੈ ਅਤੇ ਪੱਠੇ ਲੱਭਣ ਨਹੀਂ ਡੈ, ਇਹ ਨਹੀਂ ਰਹਿ ਤੂੜੀ ਕੱਟਣ ਡੈ।